ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਅੱਜ ਦਾ ਜੋ ਤੁਹਾਡਾ ਇਹ ਸਾਲਾਨਾ ਫੰਕਸ਼ਨ ਹੋ ਰਿਹਾ ਹੈ, ਮੈਂ ਕੋਈ ਸਪੀਚ ਤੇ ਨਹੀਂ ਪਰ ਦੋ ਚਾਰ ਪ੍ਰੈਕਟੀਕਲ ਗੱਲਾਂ ਜ਼ਰੂਰ ਕਰੂੰਗਾ ਕਿ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਮਾਂ ਕੱਢਣਾ ਬੜਾ ਔਖਾ। ਉਸ ਤੋਂ ਬਾਅਦ ਦੇਖੀਏ ਤਾਂ ਫੰਕਸ਼ਨ ਕਰਾਉਣੇ ਜਿੱਥੇ ਇੱਕ ਫਾਈਨੈਂਸ਼ਲੀ ਵੀ ਲੋੜ ਹੁੰਦੀ ਹੈ, ਉਸਦੇ ਨਾਲ ਬੱਚਿਆਂ ਦੀ ਹੌਸਲਾ ਅਫਜ਼ਾਈ ਵੀ ਹੁੰਦੀ ਹੈ। ਅੱਜ ਦੇ ਸਮੇਂ ਦੇ ਵਿੱਚ ਜੋ ਕਿ ਸਾਡਾ ਪੰਜਾਬ ਪੰਜ ਆਬ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ, ਜਿੱਥੇ ਹੁਣ ਦੋ ਹੀ ਦਰਿਆ ਰਹਿ ਗਏ ਆ, ਪਰ ਜਿਹੜਾ ਛੇਵਾਂ ਦਰਿਆ ਨਸ਼ਿਆਂ ਵਾਲਾ ਬਹੁਤ ਜ਼ਿਆਦਾ ਵੱਗ ਰਿਹਾ। ਸੋ ਇਹ ਅੱਜ 14 ਫੰਕਸ਼ਨ ਜੋ ਸ਼ਿਵਾ ਇੰਸਟੀਚਿਊਟ ਦਾ ਚੱਲ ਰਿਹਾ, ਇਸਦੇ ਹਰ ਸਾਲ ਇਹ ਪ੍ਰੋਗਰਾਮ ਕਰਾਉਣਾ, ਉਪਰਾਲਾ ਕਰਾਉਣਾ ਬਹੁਤ ਵੱਡੀ ਗੱਲ ਹੈ। ਮੈਂ ਹਰਮਨ ਜੀ ਨੂੰ ਦੱਸਣਾ ਚਾਹਾਂ ਗਾ, ਬਲਾਜੀ ਸਾਹਿਬ ਦੇ ਬ੍ਰਦਰ ਨੂੰ, ਕਿ ਅੱਜ ਤੋਂ ਇਲੈਕਸ਼ਨ ਦੇ ਵਿੱਚ ਦੋ ਤਿੰਨ ਸਾਲ ਪਹਿਲਾਂ ਦੀ ਗੱਲ ਹੈ, ਉਦੋਂ ਬਲਾਜੀ ਸਾਹਿਬ ਆਏ ਸੀ, ਘੱਟ ਹੀ ਉਹਨਾਂ ਕੋਲ ਫੰਕਸ਼ਨ ਪਹਿਲਾਂ ਵੀ ਬਹੁਤ ਸੀ। ਸੋ ਖੁੱਲਾ ਚਾਹੁੰਦਾ ਤੇ ਆਪ ਸਭ ਜੀ ਦਾ ਧੰਨਵਾਦ ਵੀ ਕਰਦਾ ਤੇ ਬਹੁਤ ਬਹੁਤ ਸ਼ਿਵਾ ਇੰਸਟੀਚਿਊਟ ਦਾ ਸ਼ਿਵਾ ਇੰਸਟੀਚਿਊਟ ਦੇ ਓਨਰ ਸਾਹਿਬ ਸ੍ਰੀ ਅਰਨ ਬੇਦੀ ਜੀ, ਮੇਰੇ ਵੱਡੇ ਵੀ ਸਰਦਾਰ ਜਸਕੀਰਤ ਸਿੰਘ ਸੁਲਤਾਨਵਿੰਦ ਜੀ, ਸੋਨੂੰ ਸੋਹਲ ਜੀ ਅਤੇ ਸਾਰੀ ਮੈਨੇਜਮੈਂਟ ਸਟਾਫ ਅਤੇ ਸਟੂਡੈਂਟ, ਮੈਂ ਸਾਰਿਆਂ ਨਾਲ ਫਤਿਹ ਸਾਂਝ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਦਿਨ ਹੈ ਅੱਜ, ਸ਼ਿਵਾ ਇੰਸਟੀਚਿਊਟ ਵੱਲੋਂ ਅੱਜ ਐਨੁਅਲ ਫੰਕਸ਼ਨ ਮਨਾਇਆ ਜਾ ਰਿਹਾ। ਕਾਫੀ ਦਿਨਾਂ ਬਾਅਦ ਅੱਜ ਆਪਣੇ ਬਚਪਨ ਦੀ ਯਾਦ ਤਾਜ਼ਾ ਹੋ ਗਈ ਹੈ, ਕਿਉਂਕਿ ਕੋਈ ਬਹੁਤਾ ਟਾਈਮ ਨਹੀਂ ਬੀਤਿਆ ਸਾਨੂੰ ਵੀ ਕਾਲਜ ਛੱਡਿਆ। ਚੰਗੀਆਂ ਪਰਫਾਰਮੈਂਸ ਸੀ, ਸਾਰੇ ਪਾਰਟੀਸਪੈਂਟ ਨੇ ਬੜੀਆਂ ਚੰਗੀਆਂ ਪਰਫਾਰਮੈਂਸ ਦਿੱਤੀਆਂ ਨੇ। ਇਹੋ ਹੀ ਦੁਆਵਾਂ ਨੇ, ਇਹੋ ਹੀ ਸਲਾਹਾਂ ਨੇ ਕਿ ਆਪਣੇ ਮਾਂ ਪਿਓ ਦਾ ਨਾਮ ਉੱਚਾ ਰੱਖੋ, ਨਸ਼ੇ ਤੋਂ ਹੋਰ ਪੈਰੀਆਂ ਲਾਪਤਾਂ ਤੋਂ ਦੂਰ ਰਹੋ, ਤਾਂ ਜੋ ਚੰਗਾ ਭਵਿੱਖ ਤੁਹਾਡਾ ਵੀ ਹੋਵੇ ਤੇ ਸਾਡੇ ਥੋੜੇ ਪੰਜਾਬ ਦਾ ਵੀ ਹੋਵੇ। ਗੱਲ ਕੀਤੀ ਗਈ ਸੀ ਗ੍ਰਾਂਟ ਵੱਲੋਂ, ਮੈਂ ਬੇਦੀ ਸਾਹਿਬ ਤੁਹਾਨੂੰ ਯਕੀਨ ਦਿਵਾਉਣਾ ਕਿ ਮੈਂ ਆਪ ਤੇ ਨਹੀਂ ਅਨਾਊਂਸ ਕਰ ਸਕਦਾ, ਪਰ ਵੱਡੇ ਵੀ ਇਸਦਾ ਅੰਦਰ ਤੁਸੀਂ ਬੁਲਾਰੀਆ ਜੀ ਨੂੰ ਕਹਿ ਕੇ ਜੋ ਵੀ ਤਕਵੀਰ ਅੱਜ ਦੀ ਬਣਦੀ ਹੋਏਗੀ ਵਧੀਆ ਤਰੀਕੇ ਨਾਲ ਤੁਹਾਡੇ ਕੋਲ ਦਵਾਵਾਂਗੇ, ਤੇ ਇਹਨਾਂ ਲਫ਼ਜ਼ਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਨਾਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਇੰਸਟੀਚਿਊਟ ਦੀ ਹਰ ਪੱਖੋਂ ਮਦਦ ਕਰਾਂਗੇ, ਤੁਹਾਡਾ ਆਸ਼ੀਰਵਾਦ ਇਸ ਇੰਸਟੀਚਿਊਟ ਦੇ ਬਾਰੇ ਦਿੱਤਾ ਜਾ ਰਿਹਾ। ਨਾਲ ਜਸਕੀਰਤ ਸਿੰਘ ਜੀ ਸਰਦਾਰ ਸਤਾਰਵੇਂ ਸਾਲ ਦੇ ਪ੍ਰਧਾਨ ਮੰਤਰੀ ਨੂੰ